ਲੈਂਦੇ ਪੰਜਾਬ ਦੇ ਲੋਕ ਭੁੱਖੇ ਨੇ ਭੁੱਖੇ, ਔਰ ਠੱਗ ਨੇ ਠੱਗੀਆਂ ਮਾਰਦੇ ਨੇ। ਜਿਹੜੇ ਲੋਕ ਚੜ੍ਹਦੇ ਪੰਜਾਬ ਵੱਲੋਂ ਲੈਂਦੇ ਪੰਜਾਬ ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਭੁੱਖ ਪਵਾਉਂਦੇ ਨੇ, ਉਹਨਾਂ ਨੂੰ ਠੱਗੀਆਂ ਮਾਰਦੇ ਨੇ। ਪਿਛਲੇ ਕੁਛ ਦਿਨਾਂ ਤੋਂ ਇਹ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਗਰਦਿਸ਼ ਕਰ ਰਹੀਆਂ ਨੇ। ਇਹਨਾਂ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਹੈ, ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ। ਖੈਰ, ਪਹਿਲਾਂ ਤਾਂ ਆਪਾਂ ਵੀਡੀਓ ਦੇਖ ਲੈਂਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਉਹ ਬੜੇ ਭੁੱਖੇ ਨੇ ਜੀ, ਬਹੁਤ ਭੁੱਖੇ ਨੇ ਉਹ, ਗੱਲ ਅਸੀਂ ਸੁਣਾਂਗੇ ਵੀ ਨਹੀਂ ਉਹਨਾਂ ਨੂੰ। ਉਹਨਾਂ ਨੂੰ ਉਹਨਾਂ ਦਾ ਦੇਸ਼ ਮੁਬਾਰਕ ਸਾਨੂੰ। ਉਹ ਮੁੰਡਾ ਕਿੱਥੇ ਆ ਸਾਡਾ ਆਇਆ ਜਿਹੜਾ ਈਲਵਾੜ ਤੋਂ ਆਇਆ। ਸਤਿ ਸ਼੍ਰੀ ਅਕਾਲ, ਅਦਾਬ, ਮੈਂ ਹਾਂ ਗੁਰਦਰਸ਼ਨ ਸਿੰਘ ਸੰਧੂ ਅਤੇ ਤੁਸੀਂ ਦੇਖ ਰਹੇ ਹੋ ਖਬਰ ਆਪ ਚੈਨਲ। ਪਿਛਲੇ ਦਿਨਾਂ ਵਿੱਚ ਤੁਸੀਂ ਇੱਕ ਵੀਡੀਓ ਦੇਖੀ ਹੋਊਗੀ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਸਿੱਖ ਸੰਗਤ ਉੱਧਰ ਜਾਂਦੀ ਆ ਜਾਂ ਜੋ ਲੋਕ ਵਿਦੇਸ਼ਾਂ ਤੋਂ ਆ ਕੇ ਜਾਂ ਇੰਡੀਆ ਵਾਲੇ ਪਾਸਿਓਂ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਪਾਕਿਸਤਾਨ 'ਚ ਜਾਂਦੇ ਆ ਤਾਂ ਉੱਥੇ ਜਾ ਕੇ ਉਹਨਾਂ ਦੇ ਨਾਲ ਲੁੱਟ ਹੁੰਦੀ ਆ, ਤਾਂ ਜਿਹੜੇ ਉੱਥੋਂ ਦੇ ਕੁਝ ਲੋਕ ਨੇ ਉਹ ਉਹਨਾਂ ਦੇ ਨਾਲ ਲੁੱਟ ਕਰਦੇ ਆ, ਉਹਨਾਂ ਤੋਂ ਪੈਸੇ ਮੰਗਦੇ ਆ ਜਾਂ ਉਹਨਾਂ ਨੂੰ ਉਹਨਾਂ ਦੇ ਘਰ ਵਿਖਾਉਣ ਲਈ, ਉਹਨਾਂ ਨੂੰ ਧਾਰਮਿਕ ਅਸਥਾਨ ਵਿਖਾਉਣ ਲਈ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਆ। ਕੁਝ ਲੋਕ ਜਿਹੜੇ ਪਿਛਲੇ ਸਮਿਆਂ ਦੇ ਦੌਰਾਨ ਪਾਕਿਸਤਾਨ ਦੀ ਯਾਤਰਾ 'ਤੇ ਜਾਂਦੇ ਆ ਅਤੇ ਉਹਨਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਉਹਨਾਂ ਦੇ ਨਾਲ ਵੀ ਐਵੇਂ ਹੋਇਆ। ਸਾਡੇ ਨਾਲ ਅੱਜ ਗੁਰਚੇਤ ਚਿੱਤਰਕਾਰ, ਉਹ ਸਾਡੇ ਨਾਲ ਨੇ, ਮੈਂ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਵੀ ਪਿਛਲੇ ਦਿਨੀ ਪਾਕਿਸਤਾਨ ਦੀ ਵਿਜ਼ਿਟ ਕੀਤੀ ਸੀ ਕਿ ਉਹਨਾਂ ਨਾਲ ਵੀ ਐਵੇਂ ਹੋਇਆ। ਸਤਿ ਸ਼੍ਰੀ ਅਕਾਲ ਜੀ ਗੁਰਚੇਤ ਜੀ। ਸਤਿ ਸ਼੍ਰੀ ਅਕਾਲ ਜੀ, ਸਲਾਮ ਸਾਰਿਆਂ ਨੂੰ। ਪਾਕਿਸਤਾਨ ਗਏ ਸੀਗੇ ਜੀ, ਤੇ ਕਿਵੇਂ ਜਾ ਰਿਹਾ ਪਹਿਲਾਂ ਤੇ ਤੁਸੀਂ, ਤੁਹਾਡਾ ਨਜ਼ਰੀਆ, ਤੁਹਾਡਾ ਤਜਰਬਾ ਉੱਥੇ ਕਿਵੇਂ ਦਾ ਰਿਹਾ? ਦੇਖੋ ਜੀ, ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਇੱਧਰ ਆ ਇਦੋਂ ਵੀ ਵਧੀਆ ਰਿਹਾ, ਕਿਉਂਕਿ ਇੰਨੇ ਵਧੀਆ ਲੋਕ ਨੇ, ਇੰਨਾ ਪਿਆਰ ਕਰਦੇ ਨੇ। ਆਪਣੇ ਕੋਲੇ ਕਿਸੇ ਵਾਸਤੇ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਆਪਣੀਆਂ ਗੱਡੀਆਂ ਤੇ ਆਪਣਾ ਆਪਦਾ ਸਮਾਂ ਅਗਲੇ ਲਈ ਅਰਪਣ ਕਰ ਦਈਏ, ਪਰ ਉਹ ਲੋਕ ਅਰਪਣ ਕਰ ਦਿੰਦੇ ਨੇ। ਤੇਲ ਤੱਕ ਨਹੀਂ ਪਵਾਉਂਦੇ, ਦੋ ਦੋ ਗੱਡੀਆਂ ਸਾਡੇ ਅੱਗੇ ਪਿੱਛੇ ਹੁੰਦੀਆਂ ਨੇ, ਜਿੱਥੇ ਵੀ ਜਾਣਾ ਅਸੀਂ ਚੱਲਾਂਗੇ। ਇੱਕ ਗੱਡੀ ਹੋਰ ਆ ਗਈ, ਇੱਕ ਗੱਡੀ ਹੋਰ ਆ ਗਈ, ਉਹ ਕਹਿੰਦਾ ਮੈਂ ਜਾਣਾ ਯਾਰ, ਮੈਂ ਜਾਣਾ। ਕਈਆਂ ਤਾਂ ਗੁੱਸੇ ਹੋ ਜਾਂਦੇ ਤੇ ਵੀ ਯਾਰ ਸਾਨੂੰ ਸੇਵਾ ਦਾ ਮੌਕਾ ਨਹੀਂ ਦੇ ਰਹੇ, ਹੈ ਨਾ। ਅਤੇ ਬਾਕੀ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਇਸ ਤਰ੍ਹਾਂ ਦਾ ਕੋਈ ਉਹ ਨਹੀਂ, ਵੀ ਉਹ ਤਾਂ ਆਪਦਾ ਆਪ ਹੀ ਲੁਟਾ ਦਿੰਦੇ ਨੇ, ਉਹ ਕੀ ਲੁੱਟਣਗੇ ਕਿਸੇ ਨੂੰ, ਉਹ ਤਾਂ ਐਡੇ ਐਡੇ ਦਿਲ ਨੇ ਉਹਨਾਂ ਦੇ। ਚਾਹੇ ਜਿਹਦੇ ਕੋਲੇ, ਮੈਂ ਕਹਿੰਦਾ ਜਿਹੜਾ ਸ਼ੀਸ਼ਿਆਂ ਦੇ ਕੱਪੜਾ ਨਹੀਂ ਮਾਰਦੇ ਹੁੰਦੇ ਆਪਣੇ ਚੌਂਕ ਦੇ ਵਿੱਚ, ਬੱਚੇ ਮਾਰਦੇ ਨੇ, ਉਹ ਵੀ ਕਹਿੰਦੇ ਨੇ ਸਰਦਾਰ ਜੀ ਤੁਹਾਡੀ ਕੀ ਖਿਦਮਤ ਕਰੀਏ। ਜਿਹਦੇ ਕੋਲੇ ਜੇਬ ਦੇ ਵਿੱਚ ਕੁਝ ਪੈਸਾ ਨਾ ਹੋਵੇ ਉਹ ਵੀ ਕਹਿੰਦਾ ਸਰਦਾਰ ਜੀ ਤੁਹਾਡੀ ਕੀ ਖਿਦਮਤ ਕਰੀਏ, ਆਓ ਤੁਹਾਨੂੰ ਕੁਝ ਖਵਾਈਏ ਪਿਆਈਏ। ਐਡੀ ਵੱਡੀ ਉਹਨਾਂ ਦੇ ਦਿਲ ਨੇ ਲੋਕਾਂ ਦੇ। ਤੁਸੀਂ ਕਿੰਨਾ ਕੋਲ ਗਏ ਸੀ ਉੱਥੇ, ਤੁਹਾਨੂੰ ਕਿੰਨਾ ਨੇ ਸਾਂਭਿਆ? ਮੈਂ ਨਾਸਰ ਢਿੱਲੋਂ ਭਾਜੀ ਕੋਲੇ ਗਿਆ ਸੀ, ਉਹਨਾਂ ਨੇ ਆਪਦੀ ਗੱਡੀ 'ਚ ਤੇਲ ਤੱਕ ਵੀ ਨਹੀਂ ਪਵਾਇਆ। ਆ ਮੈਂ ਥੋੜ੍ਹੇ ਦਿਨ ਪਹਿਲਾਂ ਵੀਡੀਓ ਦੇਖੀ ਸੀ, ਲੋਕ ਪਾ ਰਹੇ ਨੇ ਵੀ ਇਹ ਪੈਸੇ ਖਾਂਦੇ, ਉਹ ਜੀ ਆਪਣੀ ਗੱਡੀ ਫੋਰਚੂਨਰ ਤੇਲ ਥੋੜ੍ਹਾ ਖਾਂਦੀ ਹੈ, ਹੈ ਨਾ। ਜਿੱਥੇ ਵੀ ਜਾਣਾ ਚਲੋ ਗੁਰਚੇਤ ਅਸੀਂ ਚੱਲਾਂਗੇ ਨਾਲ, ਖਾਣਾ ਇੱਧਰ ਖਾਣਾ ਇੱਧਰ ਖਾਣਾ, ਅਸੀਂ ਤਾਂ ਸਾਨੂੰ ਇਹਦੀ ਵੀ ਸਾਨੂੰ ਬਸ ਇੰਨਾ ਕੁ ਡਰ ਹੁੰਦਾ ਵੀ ਉਹ ਖਵਾ ਖਵਾ ਕੇ ਨਾ ਸਾਨੂੰ ਮਾਰ ਦੇਣ। ਪਰ ਉਹ ਲੋਕ ਜੀ ਕਦੇ ਸਾਡੇ ਤੋਂ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ, ਸਾਨੂੰ 5-star ਹੋਟਲਾਂ ਵਿੱਚ ਵੀ ਠਹਿਰਾਇਆ, ਆਪਣੇ ਘਰ ਵੀ ਠਹਿਰਾਇਆ। ਜਿਹੜੀ ਚੀਜ਼ ਹੁਣ ਬਣ ਗਈ ਉਹ ਦੂਜੇ ਦਿਨ ਨਹੀਂ ਬਣਨੀ, ਨਵੀਂ ਆਈਟਮ ਬਣਨੀ ਹੈ। ਤੇ ਜਿੱਥੇ ਵੀ ਜਾਣਾ ਸਾਡੇ ਨਾਲ ਜਾਣਾ, ਇੱਕ ਜਾਣੇ ਨੇ ਨਹੀਂ, 4-5 ਜਾਣੇ ਸਾਡੇ ਨਾਲ ਹੁੰਦੇ ਸੀਗੇ, ਉਹਨਾਂ ਤਾਂ ਵਿਚਾਰਿਆਂ ਨੇ ਸਾਤੋਂ ਤੱਕ ਕਦੇ ਕੋਈ ਪੈਸਾ ਨਹੀਂ ਲਿਆ ਨਾ। ਜਿਹੜੇ ਪਰ ਜਿਹੜੇ ਇੱਧਰਲੇ ਨੇ ਨਾ ਉਹ ਗੱਲਾਂ ਕਰਦੇ ਨੇ, ਜਿਹੜੇ ਉੱਧਰ ਇੱਕ ਵਾਰੀ ਜਾਏ ਉਹ ਨਹੀਂ ਮੁੜ ਕੇ ਪਾਕਿਸਤਾਨ ਨੂੰ ਮਾੜਾ ਕਹੂਗਾ, ਉਹ ਨਹੀਂ ਕਹੂਗਾ ਵੀ ਉਹ ਆਏ ਨੇ ਉਹ ਆਏ ਨੇ, ਕਿਉਂਕਿ ਉਹ ਤਾਂ ਜੀ ਇੰਨੀ ਜ਼ਿਆਦਾ ਖਿਦਮਤ ਕਰਦੇ ਨੇ। ਮੈਨੂੰ ਲੱਗਦਾ ਵੀ ਆਪਾਂ ਤਾਂ ਉਹਨਾਂ ਨੂੰ ਜੀਰੋ ਹਾਂ, ਉਹ ਲੋਕ ਆਪਣੇ ਨੂੰ ਜਿੰਨਾ ਮਰਜ਼ੀ ਜ਼ੋਰ ਲਾ ਲਈ ਆਪਾਂ ਉਹਨਾਂ ਵਰਗੀ ਮਹਿਮਾਨ ਨਵਾਜੀ ਨਹੀਂ ਕਰ ਸਕਦੇ। ਉਹ ਨਾਲੇ ਕਹਿੰਦੇ ਪਾਕਿਸਤਾਨ ਗਰੀਬ ਮੁਲਕ ਆ। ਕੌਣ ਕਹਿੰਦਾ ਜੀ ਗਰੀਬ ਹੈ, 4-5 ਮੁਰੱਬੇ ਨੇ ਉਹਨਾਂ ਲੋਕਾਂ ਕੋਲੇ, ਜਿਹੜਾ ਚਲੋ ਜਿਵੇਂ ਆਪਣੇ ਆ, ਗਰੀਬ ਵੀ ਨੇ ਅਮੀਰ ਵੀ ਨੇ, ਪਰ ਮੈਨੂੰ ਐਂ ਵੀ ਜਿਹੜੇ ਉੱਧਰਲੇ ਗਰੀਬ ਨੇ ਉਹ ਸਾਡੇ ਵਾਲੇ ਅਮੀਰਾਂ ਨੂੰ 100 ਗੁਣਾ ਅਮੀਰ ਨੇ। ਦੇਖੋ ਜੀ ਜਿਵੇਂ ਉਹ ਸਰਦਾਰਾਂ ਦੀ ਬਹੁਤ ਕਦਰ ਕਰਦੇ ਨੇ, ਸਰਦਾਰਾਂ ਲੋਕਾਂ ਨੂੰ ਇੰਨਾ ਲਾਇਕ ਕਰਦੇ ਨੇ ਵੀ ਕੋਈ ਪੱਗ ਵੀ ਬੰਨ ਲਏ ਨਾ ਮੁਸਲਮਾਨ, ਉਹਦੀ ਵੀ ਬੜੀ ਇੱਜ਼ਤ ਕਰਦੇ ਨੇ ਵੀ ਯਾਰ ਕਿਆ ਬਾਤ ਹੈ, ਕਿੰਨਾ ਸੋਹਣਾ ਲੱਗਦਾ ਯਾਰ ਤੂੰ। ਉਹ ਸਾਡੇ ਤੋਂ ਪੱਗਾਂ ਬਣਾਉਂਦੇ ਤੇ ਇੱਕ ਅਮਲ ਤੋਂ ਵੀ ਪੱਗਾਂ ਬਣਾ ਬਣਾ ਕੇ ਉਹ ਫੋਟੋਆਂ ਪਾਉਂਦੇ ਤੇ ਬੜਾ ਵਧੀਆ ਸੀ, ਪਰ ਉਹ ਲੋਕ ਮੈਂ ਤੁਹਾਨੂੰ ਸੱਚੀ ਦੱਸ ਰਿਹਾ ਜੀ, ਦਿਲੋਂ ਉਹ ਲੋਕਾਂ ਵਰਗੇ ਆਪਾਂ ਨਹੀਂ ਬਣ ਸਕਦੇ, ਉਹਨਾਂ ਦੇ ਦਿਲ ਬਹੁਤ ਵੱਡੇ ਵੱਡੇ ਦਿਲ ਨੇ।
ਤੁਸੀਂ ਪੱਗ ਦੀ ਗੱਲ ਕੀਤੀ ਸੀ, ਕੀ ਕੋਈ ਐਸਾ ਇੰਸੀਡੈਂਟ ਹੋਇਆ ਵੀ ਕਿਸੇ ਮੁਸਲਮਾਨ ਦੇ ਤੁਸੀਂ ਪੱਗ ਬੰਨ ਦਿੱਤੀ ਹੋਵੇ ਤੇ ਉਹਨੂੰ ਸਰਦਾਰ ਸਮਝ ਲਿਆ ਹੋਵੇ ਕਿਸੇ ਨੇ? ਬਹੁਤ ਸਮੇਂ ਹੋਇਆ ਜੀ, ਸਾਡਾ ਹਮਜਾ ਸੀਗਾ ਤੇ ਚੱਕ ਪੰਜ ਤੋਂ ਜੀ, ਇਹਨੇ ਕਮਲ ਨੇ ਉਹਦੇ ਪੱਗ ਬੰਨਤੀ, ਉਹਨੂੰ ਪਹਿਚਾਣ ਹੀ ਨਾ ਆਵੇ ਉਹਨਾਂ ਦੇ, ਔਰ ਟੋਲ ਟੈਕਸ ਤੇ ਵੀ ਉਹ ਤੋਂ ਟੋਲ ਟੈਕਸ ਨਹੀਂ ਲਿਆ, ਸਰਦਾਰ ਜੀ ਲੰਘੋ ਉਹਨੂੰ ਸਰਦਾਰ ਸਮਝ ਲਿਆ, ਸਰਦਾਰ ਸਮਝ ਲਿਆ ਜੀ। ਗੱਲ ਤਾਂ ਸਿਰਫ ਪੱਗ ਦੀ ਹੈ ਨਾ? ਪੱਗ ਦੀ ਹੈ ਜੀ, ਪੱਗ ਦੀ ਬਹੁਤ ਇੱਜ਼ਤ ਕਰਦੇ ਆ ਲੋਕ, ਸਰਦਾਰ ਦੀ ਬਹੁਤ ਇੱਜ਼ਤ ਕਰਦੇ ਆ ਉਹ ਲੋਕ। ਮੈਂ ਤੁਹਾਨੂੰ ਦੱਸ ਰਿਹਾ ਵੀ ਅਸੀਂ ਜਦੋਂ ਵੀ ਜਾਂਦੇ ਤੇ ਸਾਨੂੰ ਦੋ ਦੋ ਗੱਡੀਆਂ ਅੱਗੇ, ਦੋ ਗੱਡੀਆਂ ਪਿੱਛੇ, ਤੁਸੀਂ ਕਹੋ ਵੀ ਕਿੰਨਾ ਕਿੰਨਾ ਤੇਲ ਫੂਕਦੇ ਆ। ਔਰ ਉਹਨਾਂ ਨੇ ਇਹ ਕਹਿਤਾ ਸੀਗਾ, ਜਿਵੇਂ ਅਸੀਂ ਚੱਕ ਪੰਜ ਗਏ ਸੀਗੇ ਜੀ ਅਤੇ ਜਲੀਲ ਭਾਅ ਜੀ ਸੀਗੇ, ਉਹਨਾਂ ਨੇ ਕਿਹਾ ਕਹਿੰਦੇ ਵੀ ਦੋ ਗੱਡੀਆਂ ਤੁਹਾਡੇ ਵਾਸਤੇ ਨੇ, ਜਿੱਥੇ ਜਾਣਾ ਹਸਨ ਅਬਦਾਲ ਜਾਣਾ, ਅਸੀਂ ਤਾਂ ਫਿਰ ਦੂਰ ਗਏ ਹੀ ਨਹੀਂ ਯਾਰ, ਇਹਦਾ ਤੇਲ ਫੁੱਕੀ ਜਾਂਦੇ ਨੇਗੇ, ਜਿੱਥੇ ਵੀ ਜਾਣਾ ਮੁੰਡਾ ਤੁਹਾਡੇ ਨਾਲ ਹੈ। ਫਿਰ ਜਦੋਂ ਅਸੀਂ ਉੱਧਰੋਂ ਆਉਣਾ ਜੀ, ਸਾਨੂੰ ਕੱਪੜੇ ਸਮਿਆ ਕੇ ਦੇਣੇ, ਸਾਨੂੰ ਅਸੀਂ ਕਹਿਣਾ ਜੀ ਸਾਡੇ ਕੋਲ ਹੈਗੇ ਨੇ ਜੁੱਤੀਆਂ, ਸਾਨੂੰ ਧੱਕੇ ਨਾਲ ਲੈ ਕੇ ਦੇਣਾ, ਜੇ ਕਿਤੇ ਲੱਸੀ ਪੀ ਲਈ ਅਸੀਂ ਨੇ ਉਹਨੇ ਨਹੀਂ ਸਾਤੋਂ ਕਦੇ ਪੈਸੇ ਲਏ, ਜੇ ਅਸੀਂ ਕਿਸੇ ਵੀ ਚੀਜ਼ ਤੋਂ ਕੱਪੜਾ ਲੈਣ ਲੱਗੇ ਉਹ ਕੱਪੜੇ ਦੇ ਪੈਸੇ ਨਹੀਂ ਲੈਂਦੇ, ਅਸੀਂ ਤਾਂ ਫਿਰ ਉਦੋਂ ਬਾਅਦ ਚੁੱਪੀ ਕਰ ਗਏ ਤੇ ਵੀ ਆਪਾਂ ਕੁਛ ਲੈਂਦੇ ਨਹੀਂ ਹੈਗੇ ਯਾਰ। ਨਹੀਂ ਉਹਨਾਂ ਲੋਕਾਂ ਨੂੰ ਕੋਈ ਇੱਛਾ ਹੈ, ਚਾਹਤ ਹੁੰਦੀ ਹੈ ਜਾਂ ਕੀ ਲਾਲਸਾ ਹੈ ਜਾਂ ਕੋਈ ਉਹਨਾਂ ਨੂੰ ਆਪਣੇ ਤੋਂ ਕੁਛ ਲੈਣਾ ਜਾਂ ਕਿਵੇਂ, ਕਿਉਂ ਇੰਨੀ ਖਿਦਮਤ ਕਿਉਂ? ਇੰਨੀ ਤਾਂ ਆਪਾਂ ਆਪਦੇ ਰਿਸ਼ਤੇਦਾਰਾਂ ਦੀ ਕਰਦੇ, ਜਵਾਈ ਦੀ ਨਹੀਂ ਕਰਦੇ? ਉਹ ਮੁਹੱਬਤ ਹੀ ਇੰਨੇ ਕਰਦੇ ਨੇ, ਜਿਵੇਂ ਹੁਣ ਕਈ ਸਾਨੂੰ ਮਿਲਦੇ ਸੀਗੇ ਉਹ ਕਹਿੰਦੇ ਤੇ ਸਾਡੇ ਜਿਹੜੇ ਵੱਡੇ ਰੇ ਸੀ ਉਹ ਸਰਦਾਰ ਸੀਗੇ, ਉਹ ਜੂੜਾ ਹੁੰਦਾ ਸੀ ਉਹਨਾਂ ਦੇ ਵੀ ਅਸੀਂ 47 ਤੋਂ ਬਾਅਦ ਅਸੀਂ ਫਿਰ ਮੁਸਲਮਾਨ ਬਣ ਗਏ। ਹੈਗੇ ਤਾਂ ਸਾਰੇ ਆਪਣੇ 'ਚ ਹੀ ਨੇ, ਸੰਧੂ, ਭੁੱਲਰ, ਬਰਾੜ ਸਾਰੇ ਜਿੰਨੇ ਵੀ ਨੇ ਉਹ ਸਾਰੇ ਆਪਣੇ 'ਚ ਹੀ ਨੇ। ਜਿਵੇਂ ਔਰੰਗਜ਼ੇਬ ਵੇਲੇ ਉਦੋਂ ਬਹੁਤ ਲੋਕ ਮੁਸਲਮਾਨ ਬਣੇ ਸੀਗੇ, ਜਿਵੇਂ ਸਰਦਾਰਾਂ ਤੋਂ ਮੁਸਲਮਾਨ ਬਣੇ ਸੀਗੇ, ਜਿਵੇਂ ਜਿੱਥੇ ਆਪਾਂ ਜਾਂਦੇ ਹਾਂ ਹਰਦੁਆਰ, ਹਰਦੁਆਰ ਆਪਣਾ ਕੁਰਸੀ ਨਵਾਂ ਸਾਰਾ ਨਿਕਲ ਜਾਂਦਾ, ਪਰ ਔਰੰਗਜ਼ੇਬ ਤੋਂ ਬਾਅਦ ਦਾ ਨਿਕਲਦਾ, ਪਹਿਲਾਂ ਤਾਂ ਉਹਨੇ ਸਾਰਾ ਉਹਦੇ 'ਚ ਸਿਸਟਾ ਸੀ ਗੰਗਾ ਦੇ ਵਿੱਚ, ਅਤੇ ਉਹ ਜਾਣੀ ਕਿ ਵੀ ਉਹਨਾਂ ਲੋਕਾਂ ਵਰਗਾ ਮੈਂ ਕਹਿੰਦਾ ਵੀ ਬਣ ਨਹੀਂ ਸਕਣਾ ਬਿਲਕੁਲ ਵੀ, ਮੈਂ ਤਾਂ ਕੋਈ ਸ਼ਬਦ ਹੀ ਨਹੀਂ ਹੈਗਾ ਉਹਨਾਂ ਦੀ ਤਾਰੀਫ ਵਾਸਤੇ। ਅਤੇ ਜਿਹੜੀ ਇਹ ਅਫਵਾਹ ਉੱਡੀ ਆ ਵੀ ਉੱਧਰ ਜਾ ਕੇ ਜਿਹੜੇ ਕੋਈ ਯੂਟਿਊਬਰ ਨੇ ਜਿਹੜੇ ਹੁਣ ਖਾਸ ਨੇ, ਜਿਵੇਂ ਅੰਜਮ ਗਿੱਲ ਹੋਇਆ, ਅੰਜਮ ਸਰੋਏ ਹੁਣੀ ਹੋ ਗਏ, ਨਾਸਰ ਢਿੱਲੋਂ ਹੋ ਗਿਆ, ਠੀਕ ਹੈ ਜੀ, ਅਤੇ ਵਕਾਰ ਪਿੰਡਰ ਹੁਣੀ ਹੋ ਗਏ, ਹਾਂਜੀ ਹਾਂਜੀ, ਵਿਕਾਸ ਹੈਦਰ ਹੋ ਗਿਆ, ਇਹ ਜ਼ਿਆਦਾ ਇਹੀ ਚਿਹਰੇ ਨੇ ਜਿਹੜੇ ਪੰਜਾਬੀਆਂ ਨੂੰ ਉੱਧਰ ਜਾ ਕੇ ਕੈਚ ਕਰਦੇ ਆ, ਉਹਨਾਂ ਨੂੰ ਘੁਮਾਉਂਦੇ ਫਿਰਾਉਂਦੇ ਆ। ਕੀ ਇਹਨਾਂ ਬੰਦਿਆਂ ਦੇ ਪਰਿਵਾਰ ਵੀ ਇੱਧਰੋਂ ਉੱਜੜ ਕੇ ਗਏ ਨੇ ਜਾਂ ਉਹਨਾਂ ਨੂੰ ਕਿਹੜੀ ਐਸੀ ਖਿੱਚ ਆ ਕਿ ਸਾਨੂੰ ਜਾ ਕੇ ਉਹ ਪ੍ਰੋਟੋਕੋਲ ਦਿੰਦੇ? ਬਿਲਕੁਲ ਜੀ, ਜਿਵੇਂ ਉਹ ਜੈਬੀ ਹੰਜਰਾ, ਉਹ ਵੀ ਇੱਧਰ ਦੀ ਨੇ, ਅਤੇ ਆਪਣਾ ਅੰਜੁਮਨ ਸਰੋਆ ਉਹ ਇੱਧਰ ਦੇ ਨੇਗੇ ਹਰਿਆਣੇ ਦੇ ਵਿੱਚ, ਉਹਨਾਂ ਨੇ ਤਾਂ ਸਾਤੋਂ ਕਦੇ ਕੋਈ ਉਹ ਨਹੀਂ, ਉਹਨਾਂ ਨੇ ਸਾਡੀ ਖਿਦਮਤ ਕਰੀ, ਸਾਨੂੰ ਲੈ ਕੇ ਗਏ, ਸਾਨੂੰ ਇੱਕ ਅੱਧਾ ਜਾਣਾ ਨਹੀਂ ਹੁੰਦਾ ਸੀ ਵੀ ਅਸੀਂ ਵੀ ਦੋਏ ਜਾਣੇ ਸੀਗੇ, ਘੱਟੋ ਘੱਟ 15-20 ਜਾਣੇ ਹੁੰਦੇ ਆ ਸਾਡੇ ਨਾਲ, ਕੋਈ ਆ ਗਿਆ, ਕੋਈ ਹੋਰ ਰਲ ਗਿਆ, ਕੋਈ ਹੋਰ ਰਲ ਗਿਆ, ਇਸ ਤਰ੍ਹਾਂ 15-20 ਜਾਣੇ ਨੂੰ ਸਾਹਮਣਾ, ਔਰ ਉਹਨਾਂ ਨੂੰ ਪੂਰਾ ਸਾਰਾ ਉਸ ਤਰ੍ਹਾਂ ਦਾ ਉਹਨਾਂ ਦੀ ਇੱਜ਼ਤ ਕਰਨੀ ਤੇ ਖਾਣਾ ਪੀਣੇ ਦਾ ਪ੍ਰੋਟੋਕੋਲ ਸ਼ਬਦ ਬੋਲਦੇ ਆ ਜ਼ਿਆਦਾ, ਪ੍ਰੋਟੋਕੋਲ ਦਿੰਦੇ ਆ ਮੈਂ ਕਹਿੰਦਾ ਜੀ ਮੈਂ ਲਿਖ ਕੇ ਦੇਣ ਨੂੰ ਤਿਆਰ ਆ, ਇਹ ਤਾਂ ਉਹੀ ਲੋਕ ਅਫਵਾਹਾਂ, ਕਿਉਂਕਿ ਅਸੀਂ ਵੀ ਸੁਚੇਤ ਕਰਨਾ ਚਾਹੁੰਦੇ ਆ। ਗੱਲ ਸੁਣੋ ਜੀ, ਨਾਸਰ ਢਿੱਲੋਂ ਘਰੋਂ ਬਹੁਤ ਤਕੜਾ ਹੈ, ਪ੍ਰਾਪਰਟੀ ਡੀਲਰ ਹੈ, ਬਿਜ਼ਨਸ ਹੈ ਉਹਦਾ, ਦੁਬਈ ਦੇ ਵਿੱਚ ਵੀ ਹੈ, ਉਹ ਦੁਬਈ ਤੋਂ ਉਹ 15 ਦਿਨਾਂ ਬਾਅਦ ਤਾਂ ਪਾਕਿਸਤਾਨ ਆ ਜਾਂਦਾ, ਅਤੇ ਬਾਕੀ ਆ ਜਿੰਨੇ ਵੀ ਸਾਰੇ ਨੇ ਜੈਬੀ ਹੰਜਰਾ ਉਹ ਸਾਰੇ ਤਕੜੇ ਜ਼ਿਮੀਂਦਾਰ ਨੇ, ਜਿਹੜਾ ਅੰਜੁਮਨ ਸਰੋਆ ਆ ਉਹ ਪੂਰਾ ਤਕੜਾ ਲੈਣ ਲੋੜ ਹੈ ਜੀ ਪੂਰਾ, ਤੇ ਪੂਰੀ ਉਹਦੇ ਕੋਲ ਸਾਰੀ ਖੇਤੀ ਕਰਦਾ, ਔਰਗੈਨਿਕ ਖੇਤੀ ਕਰਦਾ, ਹੋਰ ਵੀ ਬਾਕਰ ਵਰਗੇ ਵੀ ਹੋਰ ਸਾਰੇ ਜਿੰਨੇ ਨੇ ਸਾਰੇ ਤਕੜੇ ਘਰਾਂ ਦੇ ਨੇ, ਇਹਨਾਂ ਨੂੰ ਕੋਈ ਲੋੜ, ਇਹਨਾਂ ਨੂੰ ਸਿਰਫ ਪਿਆਰ ਹੈ, ਇੱਧਰੋਂ ਗਏ ਹੋਏ ਨੇ, ਉਧਰੋਂ ਉੱਜੜ ਕੇ ਗਏ ਹੋਏ ਨੇ, ਜਿਹੜੀ ਤੜਪ ਆਪਾਂ ਨੂੰ ਆ ਆਪਣੇ ਬਜ਼ੁਰਗਾਂ ਨੂੰ ਆ ਉਧਰ ਜਾਣ ਦੀ ਵੀ ਯਾਰ, ਘਰ ਜਿਹੜੇ ਛੱਡ ਕੇ ਆਏ ਤੇ ਉੱਜੜ ਕੇ ਇੱਧਰ ਆ ਗਏ, ਉਹਨਾਂ ਨੂੰ ਵੀ ਸ਼ਾਇਦ ਉਹੀ ਖਿੱਚਾ ਕਿ ਉਹ ਵੀ ਇੱਧਰ ਆ ਕੇ ਵੇਖਣ, ਕਦੀ ਉਹਨਾਂ ਗੱਲ ਕੀਤੀ ਕਿ ਅਸੀਂ ਵੀ ਜਾਈਏ ਇੰਡੀਆ? ਬਹੁਤ ਹੁਣ ਵੀਜ਼ਾ ਨਹੀਂ ਦਿੰਦੇ ਉਹਨਾਂ ਨੂੰ, ਉਹਨਾਂ ਨੂੰ ਵੀਜ਼ਾ ਅਸੀਂ, ਮੈਂ ਉਹਦਾ ਆਪਣਾ ਨਾਸਰ ਭਾਜੀ ਦਾ ਵੀ ਬੜੀ ਵਾਰੀ ਵੀ ਉਹ ਕਰਿਆ, ਵੀਜ਼ਾ ਅਪਲਾਈ ਕਰਿਆ, ਉਹ ਦਿੰਦੇ ਨਹੀਂ ਉਹਨਾਂ ਨੂੰ। ਚਲੋ ਇਹ ਸਰਕਾਰਾਂ ਦੇ ਐਂਡ 'ਤੇ ਆ,
ਪਿਆਰ ਕਰਦੇ ਨੇ ਪੰਜਾਬੀ ਮਾਂ ਬੋਲੀ ਨੂੰ, ਗੁਰਮੁਖੀ ਉਹ ਸਿੱਖ ਰਹੇ ਨੇ, ਗੁਰਮੁਖੀ ਨੂੰ ਬੜਾ ਉਹ ਕਰਦੇ ਨੇਗੇ, ਪਰ ਬਟ ਉਹ ਕੁੜਤੇ ਚਾਦਰੇ ਨੂੰ ਪਹਿਰਾਵੇ ਨੂੰ ਬੜੀ ਪੱਗ ਬੰਨਦੇ ਆ, ਅਤੇ ਬੜਾ ਵਧੀਆ ਲੱਗਦਾ ਸਾਨੂੰ ਵੀ. ਔਰ ਉਹਨਾਂ ਨੂੰ ਜੀ ਇੱਧਰੋਂ ਪੁੱਛਦੇ ਨੇ ਗੱਲਾਂ, ਉੱਥੇ ਤਾਂ ਜਿਹਦੇ ਮਰਜ਼ੀ ਕੋਲ ਚਲੇ ਜਾਈਏ, ਕੋਈ ਕਹਿੰਦਾ ਮੈਂ ਗੁਰਦਾਸਪੁਰ ਦਾ, ਕੋਈ ਕਹਿੰਦਾ ਮੈਂ ਹੁਸ਼ਿਆਰਪੁਰ ਦਾ, ਮੇਰੇ ਦੇਸ਼ ਤੋਂ ਆਏ ਨੇ, ਅੱਜ ਵੀ ਇੰਡੀਆ ਨੂੰ ਆਪਣਾ ਦੇਸ਼ ਮੰਨਦੇ ਆ, ਦੇਸ਼ ਮੰਨਦੇ ਆ, ਮੇਰੇ ਦੇਸ਼ ਤੋਂ ਆਏ ਨੇ, ਮੇਰੀ ਜਨਮ ਭੂਮੀ ਤੋਂ ਆਏ ਨੇ, ਮੇਰੇ ਇੱਥੋਂ ਆਏ ਨੇ, ਯਾਨੀ ਕਿ ਵੀ ਉਹ ਆਪਣੇ ਆਥਣ ਹੋ ਕੇ ਜੀ. ਜਦੋਂ ਅਸੀਂ ਪੰਜ ਚੱਕਰ ਰਹਿੰਦੇ ਸੀਗੇ, ਸਾਰਾ ਪਿੰਡ ਸਾਡੇ ਕੋਲ ਆਉਂਦਾ ਸੀ, ਸਰਦਾਰ ਜੀ ਕੁਛ ਸੁਣਾਓ, ਕੋਈ ਗੱਲ ਸੁਣਾਓ. ਇੱਕ ਬੜਬਰ ਦਾ ਬਾਬਾ ਸੀਗਾ, ਬੜਬਰ ਦੀ ਉਹ ਇਕੱਲੇ ਇਕੱਲੇ ਦਾ ਨਾਂ ਜਾਣਦਾ, ਮੈਂ ਆਪਦੇ ਮੇਰੇ ਪੀਲਵਾਲ ਦੇ ਜਿਹੜੇ ਸੀਗੇ ਉਹਨਾਂ ਕੋਲ ਮੈਂ ਗਿਆ, ਉਹ ਸਾਡੀ ਉਹੀ ਬੋਲੀ, ਉਹੀ ਉਹਨਾਂ ਦਾ ਉਹ ਮੁੰਡਾ ਕਿੱਥੇ ਆ ਸਾਡਾ ਆਇਆ ਜਿਹੜਾ ਹੀਲਵਾਲ ਤੋਂ ਆਇਆ, ਉਹੀ ਬੋਲੀ ਜਿਵੇਂ ਉੱਧਰੋਂ ਇੱਧਰ ਆ ਕੇ ਬੋਲੀ ਸੀ ਕਹਿੰਦੇ ਵੀ ਹੁੰਦੀ. ਅਤੇ ਉਹ ਬਾਬਾ ਇੰਨਾ ਜ਼ਿਆਦਾ ਯਾਨੀ ਕਿ ਉਹ ਮੈਨੂੰ ਜਦੋਂ ਉਹਨੇ ਮਿਲਿਆ ਨਾ, ਉਹ ਇੰਝ ਵੀ ਠੰਡਾ ਹੋ ਗਿਆ ਸੀ. ਬਸ ਮੈਂ ਉਹਨੂੰ ਕਿਹਾ ਮੈਂ ਇਕੱਲਾ ਨਹੀਂ ਆਇਆ, ਪੂਰੇ ਹੀਲਵਾਲ ਦੀ ਰੂਹ ਲੈ ਕੇ ਆਇਆ. ਉਹਨੇ ਇੰਨੀ ਸਾਡੀ ਸੇਵਾ ਕਰੀ, ਇੰਨੀ ਇੱਜ਼ਤ ਕਰੀ. ਜਮੀਲ ਭਾਈ ਨੇ ਆਪਣਾ ਜੱਟ ਸਾਹਿਬ ਹੈ, ਪਰਵੇਜ਼ ਜੱਟ, ਉਹ ਸਾਨੂੰ ਪਿੰਡ ਲੈ ਗਿਆ ਜੀ, ਵੱਗੀ ਦੇ ਵਿੱਚ ਬਿਠਾਇਆ, ਸਾਡੇ ਉੱਪਰ ਪੈਸੇ ਸੁੱਟੇ. ਉਹ ਗੁਲਾਬ ਦੇ ਫੁੱਲ ਬੜੇ ਸੁੱਟਦੇ ਮੇਰੇ ਫੁੱਲ ਜੀ, ਮੈਂ ਕਹਿੰਦਾ ਇੱਥੋਂ ਸਾਡੇ ਐਂ ਨਿਕਲਦੇ ਹੁੰਦੇ. ਚਾਹਤ ਹੈ ਜੀ, ਉਹ ਬੜੇ ਭੁੱਖੇ ਨੇ ਜੀ, ਬਹੁਤ ਭੁੱਖੇ ਨੇ ਉਹ. ਅਤੇ ਜਿਵੇਂ ਹੁਣ ਜਿੰਨੇ ਵੀ ਸਾਰੇ ਨੇ ਆਪਣਾ ਆਪਣਾ ਨਸ ਅੰਜੂਮਨ ਸਰੋਆ, ਅੰਜੂਮਨ ਸਰੋਆ ਮੈਨੂੰ ਦੁਬਈ ਮਿਲਿਆ ਸੀ, ਉਹਦੇ ਕੋਲ ਤਾਂ ਜਾ ਕੇ ਲੱਗਦੇ ਹੀ ਨਹੀਂ ਵੀ ਮੈਂ ਯਾਰ ਕਿਤੇ ਬਗਾਨੇ ਥਾਵੇਂ ਆਇਆ. 16 ਦਰੀ ਬਣਾਈ ਹੋਈ ਆ ਉਹਨੇ ਸਪੈਸ਼ਲੀ, ਉਹੀ ਰਜਾਈਆਂ 'ਚ ਬੜੇ ਚਿਰਾਂ ਬਾਅਦ ਅਸੀਂ ਉੱਥੇ ਉਹ ਵੀ ਰਜਾਈਆਂ ਲਈਆਂ. ਆਪਣੇ ਰਜਾਈਆਂ ਦੇ ਗਲਾਫ ਚੜ੍ਹਦੇ ਆ, ਉਹ ਗਲਾਫ ਨਹੀਂ ਚੜ੍ਹਦੇ, ਫੁੱਲਾਂ ਵਾਲੀਆਂ, ਹਾਂ ਲਾਲ ਫੁੱਲਾਂ ਵਾਲੀਆਂ, ਲਾਲ ਫੁੱਲਾਂ ਵਾਲੀਆਂ ਰਜਾਈਆਂ. ਅਤੇ ਉਹ ਫਿਰ ਸਾਨੂੰ ਉਹਨੇ ਸਾਰਾ ਖੇਤ ਵਿਖਾਇਆ, ਤੜਕੇ ਨੂੰ ਸਾਰਾ ਪਿੰਡ ਮਿਲਣ ਆਇਆ ਜੀ. ਉੱਥੇ ਮਹਿਫਲ ਲੱਗਦੀ ਸੀ, ਅਤੇ ਆਪਣੇ ਕੋਲ ਤਾਂ 10-15-20 ਮਿੰਟ ਹੁੰਦੇ ਨੇ ਕਿਸੇ ਨਾਲ ਗੱਲ ਕਰਨ ਦੇ ਜਾਂ ਅਗਲੇ ਕੋਲ ਜਾਣ ਦੇ. ਉਹ ਲੋਕ 11-11 ਵਜੇ ਵਿੱਚ 12-12 ਵਜੇ ਤੱਕ ਸਾਡੇ ਸਿਰਫ 2 ਬੋਲ ਸੁਣਦੇ ਮਾਰਦੇ ਬੈਠੇ. ਗੁਰਜੀਤ ਜੀ, ਇੱਕ ਆਪਾਂ ਜਿਹੜੀ ਸੀਰੀਅਸ ਟੋਪਿਕ ਦੇ ਜਿੱਥੇ ਆਪਣਾ ਜਿਹੜਾ ਮੇਨ ਮੁੱਦਾ ਆ ਕਿ ਸਾਡੇ ਸਿੱਖ ਵੀਰ ਨੂੰ ਇਹ ਗੱਲ ਕਹਿਣ ਦੀ ਕੀ ਲੋੜ ਪੈ ਗਈ ਕਿ ਜਿਹੜੀ ਬਾਹਰੋਂ ਸੰਗਤ ਆਉਂਦੀ ਆ, ਵਿਦੇਸ਼ਾਂ ਤੋਂ ਆਉਂਦੀ ਜਾਂ ਇੰਡੀਆ 'ਚੋਂ ਆਉਂਦੀ ਆ, ਉਹ ਇਹਨਾਂ ਲੋਕ ਯੂਟਿਊਬਰਾਂ ਕੋਲ ਨਾ ਜਾਵੇ, ਉਹ ਸਿੱਖ ਜਿਵੇਂ ਉਹਨਾਂ ਨੇ ਲਿਆ ਸੀ ਨਾਮ ਨਾਸਰ ਦੇ ਨਾਲ, ਜਿਹੜਾ ਦੂਜਾ ਸਾਡਾ ਸਿੱਖ ਵੀਰ ਹੁੰਦਾ ਉਹਦਾ ਨਾਂ ਲਿਆ ਸੀਗਾ, ਅਤੇ ਉਹ ਵੀ ਉਹਨਾਂ ਕੋਲ ਜਾਵੇ, ਕਿਉਂ ਲੋੜ ਪੈ ਗਈ ਇਹ, ਕਿਉਂ ਇੱਕ ਪਾੜਾ ਜਾਂ ਗੈਪ ਕਿਉਂ ਸਮਝਦੇ? ਜਿਹੜੇ ਨਫ਼ਰਤਾਂ ਕਰਨ ਵਾਲੇ ਨੇ, ਨਫ਼ਰਤਾਂ ਕਰਨ ਵਾਲੇ ਤਾਂ ਆਪਦਾ ਨਫ਼ਰਤ ਦਾ ਬੀਜ ਭੁਗਣੇ ਆ, ਆਪਣਾ ਕੰਮ ਹੈ ਪਿਆਰ ਵੰਡਣਾ, ਮੁਹੱਬਤਾਂ ਵੰਡਣੀਆਂ, ਹੈ ਨਾ. ਉਹ ਲੋਕਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ, ਸਾਨੂੰ ਮੈਂ ਦੱਸਿਆ ਵੀ ਸਾਰੇ ਤਕੜੇ ਨੇ ਘਰੋਂ, ਪੂਰੇ ਅਮੀਰ ਨੇ, ਉਹਨਾਂ ਨੂੰ ਕੀ ਲੋੜ ਇਹੋ ਜਿਹੇ ਦੀ? ਉਹਨਾਂ ਨੂੰ ਨਾਸਰ ਭਾਜੀ ਨੇ 400 ਪਰਿਵਾਰ ਨੂੰ ਮਿਲਾ ਚੁੱਕੇ. ਮਾੜਾ ਕਹਿਣ ਵਾਲਾ ਤਾਂ ਮਾੜਾ ਕਹਿੰਦਾ ਹੀ ਹੁੰਦਾ, ਜਿਵੇਂ ਉਹਦੀ ਪਰਵਾਹ ਨਾ ਮੰਨੇ. ਹੁਣ ਉਹ ਗੱਲ ਵੀ ਹੋ ਗਈ, ਉਹ ਸਿੱਖ ਵੀਰ ਨੇ ਜਿਹੜਾ ਕਹਿ ਦਿੱਤਾ ਵੀ ਇਹ ਯੂਟਿਊਬਰ ਜਿਹੜੇ ਉਹ ਪੈਸੇ ਲੈਂਦੇ, ਕੁਝ ਕੁਝ ਤੇ ਉਹਨਾਂ ਨਾਂ ਨਹੀਂ ਲਿਆ, ਕੁਝ ਕੁਝ ਇਸ਼ਾਰਾ ਕੀਤਾ ਸੀਗਾ, ਤੁਹਾਡਾ ਕੀ ਵਿਊ ਆ ਜਾਂ ਤੁਸੀਂ ਸਿੱਖ ਸੰਗਤ ਨੂੰ ਕੀ ਕਹਿਣਾ ਚਾਹੁੰਦੇ? ਦੇਖੋ, ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਤੁਹਾਨੂੰ ਜਾ ਕੇ ਪਤਾ ਲੱਗੂਗਾ, ਇੱਥੇ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ, ਕਿਸੇ ਦੇ ਆਖੇ ਨਾ ਲੱਗੋ. ਲੋਕ ਬਹੁਤ ਕੁਝ ਕਹਿੰਦੇ ਹੁੰਦੇ ਨੇ, ਕੰਨਾਂ ਦੇ ਕੱਚੇ ਨਹੀਂ ਬਣੀਦਾ ਹੁੰਦਾ, ਉੱਥੇ ਜਾ ਕੇ ਤੁਹਾਨੂੰ ਪਤਾ ਲੱਗਦਾ. ਜਿਹੜਾ ਵੀ ਜੱਥੇ ਵਾਲਾ ਜਾਂਦਾ ਉਹਨੂੰ ਇੱਕ ਵਾਰੀ ਪੁੱਛੋ ਵੀ ਤੁਹਾਡੀ ਇੱਜ਼ਤ ਹੋਈ. ਮੈਂ ਕਹਿੰਦਾ ਵੀ ਜਿੰਨੀ ਉਹ ਇੱਜ਼ਤ ਕਰਦੇ ਨੇ, ਕਿਸੇ ਮੁਲਕ ਦੇ ਵਿੱਚ ਕੋਈ ਇੰਨੀ ਇੱਜ਼ਤ ਨਹੀਂ ਕਰਦਾ ਸਰਦਾਰ ਦੀ ਜਿੰਨੀ ਉਹ ਲੋਕ ਇੱਜ਼ਤ ਕਰਦੇ ਨੇ. ਅਸੀਂ ਜਾਂਦੇ ਹਾਂ, ਕਈ ਵਾਰੀ ਜਾਂਦੇ ਹਾਂ, ਸਾਨੂੰ ਕੈਨੇਡਾ ਦੇ ਵੀਜ਼ੇ ਦਾ ਕਰਾ ਕੋਈ ਮਤਲਬ ਨਹੀਂ ਹੁੰਦਾ ਵੀ ਕੈਨੇਡਾ ਜਾਣਾ ਦਾ ਚਾਅ ਨਹੀਂ ਹੁੰਦਾ, ਜਾਂ ਸਾਨੂੰ ਪਾਕਿਸਤਾਨ ਜਾਣ ਦਾ ਚਾਅ ਹੁੰਦਾ. ਬਿਲਕੁਲ, ਚਾਅ ਹੋਣਾ ਵੀ ਚਾਹੀਦਾ ਆ. ਚਲੋ, ਸਾਡਾ ਉਹ ਵਿਛੜਿਆ ਮੁਲਕ ਆ, ਸਾਡੇ ਵਿੱਚੋਂ ਵੰਡਿਆ ਗਿਆ ਕਲੇਜਾ, ਚੀਰ ਕੇ ਵੰਡਿਆ ਗਿਆ ਇੱਕ ਦੂਜਾ ਪੰਜਾਬ ਆ. ਗੁਰਸੇ ਜੀ, ਕੀ ਕਦੀ ਉਹਨਾਂ ਨੇ ਆਪਣੇ ਮੁਲਕ ਦੇ ਖਿਲਾਫ਼ ਕੋਈ ਐਸੀ ਗੱਲ ਤੁਹਾਡੇ ਕੋਲ ਕੀਤੀ ਜਾਂ ਕੋਈ ਐਸੀ ਗੱਲ ਜਿਹਦੇ ਨਾਲ ਨਫ਼ਰਤ ਪੈਦਾ ਹੁੰਦੀ? ਕਦੇ ਵੀ ਨਹੀਂ.
ਦੇਖੋ ਆਪਣੀਆਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਚੈਨਲ ਇੱਧਰ ਵੀ ਇਹੋ ਜਿਹੇ ਨੇ ਉੱਧਰ ਵੀ ਇਹੋ ਜਿਹੇ ਨੇ ਹੈ ਨਾ ਜਿਹੜੇ ਆਪਣੇ ਨਫ਼ਰਤਾਂ ਫੈਲਾਉਂਦੇ ਨੇ ਬਟ ਅਸੀਂ ਕਿਸੇ ਦੇ ਮੂੰਹੋਂ ਅੱਜ ਤੱਕ ਵੀ ਕੋਈ ਵੀ ਵੀਰ ਭਰਾ ਜਿਹੜਾ ਵੀ ਜਿੰਨੇ ਵੀ ਪਾਕਿਸਤਾਨੀ ਮਿਲਦੇ ਨੇ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਉਹਨਾਂ ਨੇ ਤਾਂ ਬਸ ਇਹ ਕਹਿਣਾ ਯਾਰ ਆਪਾਂ ਕਦੇ ਤਾਂ ਇੱਕ ਹੋਵਾਂਗੇ ਹਾਂ ਇਹ ਜਿਹੜੀਆਂ ਦੀਵਾਰਾਂ ਨੇਗੀਆਂ ਦੇਖੋ ਸਾਡੇ ਕੁਰਸੀ ਦੇ ਲੀਡਰਾਂ ਨੇ ਸਾਡੇ ਮੁਲਕ ਦੇ ਦੋ ਟੋਟੇ ਕਰਤੇ ਪਰ ਸਾਡੇ ਦਿਲਾਂ ਦਾ ਬਟਵਾਰਾ ਅੱਜ ਤੱਕ ਨਹੀਂ ਦਿਲਾਂ ਦਾ ਬਟਵਾਰਾ ਨਹੀਂ ਹੋ ਅੱਜ ਵੀ ਉਹ ਸਾਨੂੰ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਚਾਹੁੰਦੇ ਹਾਂ ਜਿਹੜੇ ਨਹੀਂ ਸੁਣਿਆ ਜਿਹਨਾਂ ਨੂੰ ਨਹੀਂ ਪਤਾ ਉਹ ਬੋਲੀ ਜਾਂਦੇ ਨੇ ਪਰ ਉੱਥੇ ਜਾ ਕੇ ਪਤਾ ਲੱਗਦਾ ਨਹੀਂ ਗੁਰਚੇਤ ਮੈਂ ਤਾਂ ਇਹ ਗੱਲ ਕਰਦਾ ਵਾਂ ਠੀਕ ਆ ਮੁਲਕ ਉੱਥੇ ਖੁਸ਼ ਰਹੇ ਅਸੀਂ ਇੱਧਰ ਖੁਸ਼ ਰਹੀਏ ਸਰਹੱਦ ਵੀ ਬਣੀ ਰਹੇ ਪਰ ਇੱਕ ਵਪਾਰ ਸ਼ੁਰੂ ਹੋਵੇ ਅਤੇ ਪਿਆਰ ਬਣਿਆ ਰਹੇ ਸਾਡੇ ਕੋਲ ਦੁਸ਼ਮਣੀ ਦੀ ਭਾਵਨਾ ਜਿਹੜੀ ਹੈ ਨਾ ਉਹ ਖਤਮ ਹੋਣੀ ਚਾਹੀਦੀ ਹੈ ਉਹ ਆਪਦੇ ਘਰੇ ਸੁਖੀ ਵਸਣ ਅਸੀਂ ਆਪਦੇ ਘਰੇ ਸੁਖੀ ਵਪਾਰ ਹੋਵੇ ਜੀ ਆਪਣਾ ਦੇਖ ਲਓ ਉੱਧਰ ਕਿਵੇਂ ਆਲੂ ਕਿੰਨਾ ਸਾਰਾ ਕੁਛ ਵਪਾਰ ਹੋਵੇ ਪਹਿਲਾਂ ਚੱਲਦਾ ਸੀਗਾ ਮੈਂ ਕਹਿੰਦਾ ਦੋਨੇ ਮੁਲਕਾਂ ਵਰਗਾ ਕੋਈ ਮੁਲਕ ਹੀ ਨਹੀਂ ਹੈ ਮੁਲਕ ਹੀ ਨਹੀਂ ਖੇਤੀਬਾੜੀ ਉੱਧਰ ਵੀ ਵਧੀਆ ਹੁੰਦੀ ਹੈ ਇੱਧਰ ਆਪਣੇ ਵੀ ਵਧੀਆ ਆਪਣੇ ਨੂੰ ਜ਼ਿਆਦਾ ਉਪਜਾਊ ਭੂਮੀ ਉੱਧਰ ਹੈ ਬਿਲਕੁਲ ਬਿਲਕੁਲ ਉੱਧਰ ਹੈ ਸੋ ਥੈਂਕ ਯੂ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆਪਾਂ ਹੋਰ ਵੀ ਇੱਕ ਵੀਰ ਜਿਹੜੇ ਉੱਧਰ ਪਾਕਿਸਤਾਨ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਨੂੰ ਵੀ ਪੁੱਛਦੇ ਹਾਂ ਕਿ ਉਹਨਾਂ ਦਾ ਤਜਰਬਾ ਕਿਹੋ ਜਿਹਾ ਰਿਹਾ ਦਲਜੀਤ ਤੁਸੀਂ ਵੀ ਗਏ ਹੋ ਕਿਵੇਂ ਦਾ ਤਜਰਬਾ ਰਿਹਾ ਸਿਰਫ ਆਪਾਂ ਉਸ ਪੁਆਇੰਟ 'ਤੇ ਗੱਲ ਕਰਨੀ ਹੈ ਕਿ ਇੱਕ ਸਿੱਖ ਵੀਰ ਨੇ ਵੀਡੀਓ ਪਾਈ ਕਿ ਜਿਹੜੀ ਸਿੱਖ ਸੰਗਤ ਉੱਧਰੋਂ ਆਉਂਦੀ ਆ ਉਹਨਾਂ ਨੂੰ ਲੁੱਟਿਆ ਜਾ ਰਿਹਾ ਕੀ ਵਿਊ ਬਿਲਕੁਲ ਵੀਰ ਜੀ ਤੁਹਾਨੂੰ ਵੱਡੇ ਵੀਰ ਗੁਰਜੀਤ ਜੀ ਨੇ ਦੱਸ ਦਿੱਤਾ ਕਿ ਇਹੋ ਜਿਹਾ ਕੁਛ ਨਹੀਂ ਹੈਗਾ ਜਿਹੜਾ ਹੁਣ ਬੰਦਾ ਉੱਧਰ ਜਾ ਕੇ ਆਉਂਦਾ ਹੈ ਨਾ ਅਸਲ ਕਹਾਣੀ ਤਾਂ ਉਹਨੂੰ ਪਤਾ ਹੁੰਦੀ ਹੈ ਉਹ ਕਿੰਨਾ ਪਿਆਰ ਵਾਲੇ ਕਿੰਨੀਆਂ ਮੁਹੱਬਤਾਂ ਵਾਲੇ ਲੋਕ ਹਨ ਅਤੇ ਨਾ ਹੀ ਉਹਨਾਂ ਨੇ ਕਦੇ ਸਾਨੂੰ ਸਾਡੇ ਦੇਸ਼ ਦੇ ਖਿਲਾਫ਼ ਕੋਈ ਇਹੋ ਜਿਹੀ ਗੱਲ ਕੀਤੀ ਹੈ ਕਿ ਜਿਹੜਾ ਕੋਈ ਉਸ ਚੀਜ਼ ਨੂੰ ਆਪਾਂ ਮੁੱਦਾ ਬਣਾ ਸਕੀਏ ਹੁਣ ਜੇ ਅਸੀਂ ਸੁਣਾ ਵੀ ਕਿਉਂ ਸਾਡੇ ਦੇਸ਼ ਦੀ ਖਿਲਾਫ਼ ਗੱਲ ਅਸੀਂ ਸੁਣਾਂਗੇ ਵੀ ਨਹੀਂ ਉਹਨਾਂ ਨੂੰ ਉਹਨਾਂ ਦਾ ਦੇਸ਼ ਮੁਬਾਰਕ ਸਾਨੂੰ ਬਿਲਕੁਲ ਸਾਡਾ ਮਕਸਦ ਸਿਰਫ ਗੁਰਦੁਆਰਿਆਂ ਦੇ ਦਰਸ਼ਨ ਕਰਨਾ ਆਪਣੇ ਗੁਰੂ ਨਾਨਕ ਦੀ ਭੂਮੀ ਨੂੰ ਜਿਹੜਾ ਨਮਸਕਾਰ ਕਰਨ ਵਾਸਤੇ ਜਾਂਦੇ ਹਾਂ ਸਾਡਾ ਜਿਹੜਾ ਮਕਸਦ ਉੱਥੋਂ ਤੱਕ ਸੀਮਤ ਜਿਹੜੀ ਉੱਥੋਂ ਦੇ ਕੋਈ ਯੂਟਿਊਬਰ ਨੇ ਜਾਂ ਜਿਹੜੇ ਸਿੱਖ ਸੰਗਤਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਿੰਡਾਂ 'ਚ ਲੈ ਕੇ ਜਾਂਦੇ ਨੇ ਜਿਹੜੇ ਵਿਦੇਸ਼ਾਂ ਤੋਂ ਸਿੱਖ ਆਉਂਦੀ ਆ ਉਹਨਾਂ 'ਤੇ ਜਿਹੜਾ ਇਲਜ਼ਾਮ ਲੱਗਾ ਉਹ ਕਿੰਨਾ ਕੁ ਸੱਚਾ ਹੈ ਕਿ ਤੁਸੀਂ ਕਦੀ ਉਹਨਾਂ ਲੋਕਾਂ ਦੇ ਨਾਲ ਸੰਪਰਕ 'ਚ ਆਏ ਹੋ ਬਿਲਕੁਲ ਜੀ ਉੱਥੇ ਜਿਹੜੇ ਯੂਟਿਊਬਰ ਅਕਸਰ ਮਿਲਦੇ ਰਹਿੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਆ ਇੰਟਰਵਿਊਸ ਲੈਂਦੇ ਆ ਔਰ ਕਈ ਹੈ ਕਿ ਮੈਂ ਸੇਵਾ ਵੀ ਕਰਦੇ ਦੇਖਿਆ ਜੀ ਉਹਨਾਂ ਸੇਵਾ ਭਾਵਨਾ ਸਿਰਫ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਜਿਹੜੇ ਪੁਰਾਣੇ ਪਿੰਡ ਆ ਆਪਣਾ ਦੇਸ਼ ਨੂੰ ਸਮਝਦੇ ਕਿ ਸਾਨੂੰ ਉਹਨਾਂ ਬਾਰੇ ਕੋਈ ਗੱਲ ਦੱਸੋ ਸਾਨੂੰ ਉਹਨਾਂ ਬਾਰੇ ਗੱਲ ਸੁਣਾਓ ਉਸ ਪਿੰਡ ਦੀ ਗੱਲ ਸੁਣਾਓ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਤਾਂ ਕੀ ਕਰਨੀ ਉਹ ਪੱਲਿਓਂ ਦੇ ਕੇ ਤੋਰਦੇ ਆ ਸਾਨੂੰ ਇੰਨੇ ਕੋਈ ਗਿਫਟ ਉੱਧਰੋਂ ਮਿਲਦੇ ਆ ਕਿ ਅਸੀਂ ਉਹਨਾਂ ਨੂੰ ਇੱਕ ਉਹਨਾਂ ਦਾ ਇੱਕ ਯਾਦਗਾਰੀ ਚਿੰਨ ਸਾਂਭ ਕੇ ਰੱਖਦੇ ਘਰਾਂ ਵਿੱਚ ਸਾਨੂੰ ਸਾਡੇ ਭਰਾਵਾਂ ਨੇ ਦਿੱਤੇ ਆ ਔਰ ਜਿਹੜੇ ਸਾਡੇ ਇੱਧਰ ਉੱਠ ਕੇ ਗਿਆ ਖਾਸ ਕਰਕੇ ਉਹ ਮੈਨੂੰ ਕਾਫੀ ਪਰਿਵਾਰ ਮਿਲਿਆ ਉਹ ਉਹਨਾਂ ਦਾ ਜਿਹੜਾ ਹੁੰਦਾ ਇੱਕ ਬੜੀ ਭਾਵਕ ਜਿਹੇ ਹੋ ਜਾਂਦੇ ਉਹ ਗੱਲ ਕਰਦੇ ਕਰਦੇ ਯਾਰ ਅਸੀਂ ਤੁਸੀਂ ਆ ਸਕਦੇ ਹੋ ਸਾਡੇ ਦੇਸ਼ ਵਿੱਚ ਸਾਡੇ ਜਥੇ ਦੇ ਤੌਰ 'ਤੇ ਵੀਜ਼ਾ ਲੱਗਦਾ ਪਰ ਉਹਨਾਂ ਨੂੰ ਜਿਹੜਾ ਵੀਜ਼ਾ ਉਹ ਸਾਡੀਆਂ ਸਰਕਾਰਾਂ ਨਹੀਂ ਦਿੰਦੀਆਂ ਤਾਂ ਅਸੀਂ ਸਰਕਾਰਾਂ ਨੂੰ ਵੀ ਕਈ ਵਾਰ ਅਪੀਲ ਕੀਤੀ ਹੈ ਪਿੱਛੇ ਜੀ ਸੈਮੀਨਾਰ ਕਰਵਾਇਆ ਸੀ ਅੰਮ੍ਰਿਤਸਰ ਦੇ ਵਿੱਚ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬਜ਼ੁਰਗ ਨੇ ਕੰਮ ਸੇ ਕੰਮ ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ ਉਹ ਵੀ ਆਪਦੀ ਇੱਧਰ ਜਿਹੜੀ ਹੈਗੀ ਜਨਮ ਭੂਮੀ ਆ ਉਹ ਵੇਖ ਸਕਣ ਅਸੀਂ 85 ਸਾਲ ਤੋਂ ਜਿਹੜੇ ਉੱਪਰ ਹੋ ਗਏ ਨੇ ਉਹਨਾਂ ਨੂੰ ਜਿਹੜਾ ਖੁੱਲ੍ਹਾ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਜਾ ਕੇ 2-4 ਦਿਨਾਂ 'ਚ ਆਪਦਾ ਪਿੰਡ ਵੇਖ ਕੇ ਸ਼ਰਤਾਂ ਨਰਮ ਕੀਤੀਆਂ ਸਕੂਨ ਦੀ ਜਿਹੜੀ ਅਗਲੀ ਜਿਹੜੀ ਜ਼ਿੰਦਗੀ ਕੱਟ ਲੈਣ ਹਨਾ ਇੱਕ ਸਾਡੀ ਜਿਹੜੀ ਡਿਮਾਂਡ ਸੀ ਉਹ ਸੀ ਕਿ ਜਿਹੜੀ ਹੈਗੀ ਸਰਹੱਦਾਂ 'ਤੇ ਨਫ਼ਰਤੀ ਪਰੇਡ ਕਰਾਈ ਜਾਂਦੀ ਆ ਉਹ ਬੰਦ ਹੋਵੇ ਜਾਂ ਨੋਰਮਲ ਤਰੀਕੇ ਦੇ ਹੋਵੇ ਪਿਆਰ ਦੀ ਉੱਥੇ ਕੋਈ ਭਾਵਨਾ ਪੈਦਾ ਹੋਵੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਸਰਹੱਦ ਨਹੀਂ ਹੈਗੀ ਜਿੱਥੇ ਪਰੇਡ ਹੁੰਦੀ ਹੋਵੇ ਜਿਸ ਤਰ੍ਹਾਂ ਸਾਡੇ ਹੁੰਦੀ ਹੈ ਦੇਖਿਓ ਤੁਸੀਂ ਉੱਥੇ ਜਾਂਦੇ ਆ ਆਪਾਂ ਆਮ ਪਬਲਿਕ ਜਿਹੜੀ ਦੱਖਣ ਤੋਂ ਆਉਂਦੀ ਹੈ ਸਾਡੇ ਬਾਰਡਰ ਤੇ ਦੇਖਣ ਵਾਸਤੇ ਉੱਥੇ ਕਿਵੇਂ ਉਹ ਛਾਤੀਆਂ ਚੌੜੀਆਂ ਕਰਕੇ ਔਰ ਅੱਖਾਂ ਕੱਢ ਕੇ ਤੇ ਅਸ਼ਲੀਲ ਇਸ਼ਾਰੇ ਕਰਕੇ ਗਾਲਾਂ ਤੱਕ ਦੀ ਨੌਬਤ ਆ ਜਾਂਦੀ ਹੈ ਹੁਣ ਜਿਹੜਾ ਬੰਦਾ ਪਹਿਲੀ ਵਾਰ ਜਾਊਗਾ ਪਰੇਡ ਦੇਖਣ ਵਾਸਤੇ ਹਨਾ ਉਹ ਆਪਣੇ ਅੰਦਰ ਨਫ਼ਰਤ ਭਰ ਕੇ ਲੈ ਕੇ ਆਊਗਾ ਜਿਹੜੀ ਉਹ ਮੀਡੀਆ ਰਾਹੀਂ ਉਹ ਅੱਗੇ ਦੇ ਅੱਗੇ ਵੱਧ ਜਾਂਦੀ ਹੈ ਅਤੇ ਜਿਹੜੀ ਉਹ ਆਪਾਂ ਹੁਣ ਉਸ ਗੱਲ 'ਤੇ ਆਈਏ ਵੀ ਉਹ ਵੀਰ ਨੇ ਆਪਣੇ ਸਿੱਖ ਵੀਰ ਇੱਕ ਨੇ ਜਿਹੜੀ ਉਹ ਵੀਡੀਓ ਪਾਈ ਆ
ਉਹਦਾ ਮਤਲਬ ਕੀ ਰਹਿ ਜਾਂਦਾ ਜਾਂ ਉਹਨੂੰ ਕੀ ਸੰਦੇਸ਼ ਆਪਾਂ ਦੇਣਾ ਚਾਹੁੰਦੇ ਹਾਂ? ਤੁਸੀਂ ਕੀ ਇੱਕ ਸਲਾਹ ਦੇਣੀ ਚਾਹੋਗੇ ਵੀ ਉਹ ਗੱਲ ਉਹਨਾਂ ਦੀ ਸਹੀ ਆ ਕਿ ਜਾਂ ਉਹ ਜਿਹੜੇ ਨੌਜਵਾਨ ਉੱਥੇ ਸਾਂਭਦੇ ਆ ਸਿੱਖ ਸੰਗਤ ਨੂੰ ਉਹ ਠੀਕ ਨੇ? ਸਾਰੇ ਵੀ ਠੀਕ ਨਹੀਂ ਹੁੰਦੇ, ਪੰਜੇ ਉਂਗਲਾਂ ਬਰਾਬਰ ਨਹੀਂ, ਹੋ ਸਕਦਾ ਕਿ ਕੋਈ ਬੰਦਾ ਗਲਤ ਵੀ ਹੋਵੇ। ਮੈਂ ਗੁਰਦਰਸ਼ਨ ਜੀ ਉਹੀ ਤੁਹਾਨੂੰ ਗੱਲ ਦੱਸ ਰਹੇ ਕਿ ਚੰਗੇ ਲੋਕ ਉੱਧਰ ਵੀ ਆ, ਮਾੜੇ ਲੋਕ ਉੱਧਰ ਵੀ ਆ, ਚੰਗੇ ਇੱਧਰ ਵੀ ਆ ਅਤੇ ਮਾੜੇ ਵੀ ਇੱਧਰ ਵਿੱਚ ਹੀ ਆ। ਇਹ ਹਰੇਕ ਕੌਮਾਂ ਦੇ ਵਿੱਚ, ਹਰੇਕ ਦੇਸ਼ ਦੇ ਵਿੱਚ ਚੰਗੇ ਮਾੜੇ ਨਸਲਾਂ ਹੁੰਦੀਆਂ। ਤਾਂ ਉਹ ਜਿਹੜੀ ਵੀਡੀਓ ਆਈ ਨਾ ਉਹਦੇ ਵਿੱਚ ਥੱਲੇ ਕਮੈਂਟ ਪੜ੍ਹੇ, ਇੱਕ ਦੋ ਬੰਦਿਆਂ ਨੇ ਕਿਹਾ ਕਿ ਸਾਡੇ ਨਾਲ ਇੰਝ ਹੋਇਆ, ਅਤੇ ਹੋ ਸਕਦਾ ਕੁਝ ਲੋਕਾਂ ਨੇ ਕੋਈ ਡਿਮਾਂਡ ਰੱਖ ਲਈ ਹੋਵੇ ਜਾਂ ਕੁਝ ਲੋਕਾਂ ਨੇ ਕੋਈ ਉਹਨਾਂ ਨੂੰ ਉੱਧਰ ਨਕਲੀ ਵੀ ਬਹੁਤ ਆ, ਨਕਲੀ ਵੀ ਹੋ ਸਕਦੇ ਆ, ਪਰ ਜਿਹੜੇ ਵੱਡੇ ਸੇਵਾ ਕਰਨ ਵਾਲੇ ਜਿਨ੍ਹਾਂ ਨੇ ਸੈਂਕੜੇ ਪਰਿਵਾਰ ਮਿਲਾ ਚੁੱਕੇ ਆ, ਉਹਨਾਂ 'ਤੇ ਇਲਜ਼ਾਮ ਲਾਉਣ 'ਤੇ ਇਹ ਇੱਕ ਬੜੀ ਵੱਡੀ ਸਾਜ਼ਿਸ਼ ਹੋ ਸਕਦੀ ਹੈ, ਇੱਕ ਬੜਾ ਵੱਡੀ ਗਲਤ ਗੱਲ ਹੈ ਕਿ ਜਿਹਨਾਂ ਨੇ ਇੰਨੇ ਪਰਿਵਾਰਾਂ ਦਾ ਮੇਲ ਕਰਵਾਇਆ ਆਪਾਂ ਉਹਨਾਂ 'ਤੇ ਇਲਜ਼ਾਮ ਲਾਇਆ ਨੇ, ਉਹ ਛੋਟੇ ਮੋਟੇ ਉੱਠ ਕੇ ਜਿਹਨਾਂ ਦੀ ਦਾਣਾ ਪਾਣੀ ਇਸ ਗੱਲ 'ਤੇ ਚੱਲਦਾ, ਉਹਨਾਂ 'ਤੇ ਤਾਂ ਆਪਾਂ ਕਹਿ ਸਕਦੇ ਕਿਸੇ ਇੱਕ ਅੱਧੇ ਨਾਲ ਹੋ ਸਕਦਾ ਹੋ ਗਿਆ ਹੋਵੇ, ਪਰ ਜਿਹੜਾ ਇਹਨਾਂ ਦੇ ਇਲਜ਼ਾਮ ਲਾਉਣਾ ਇਹ ਬਿਲਕੁਲ ਬੇਬੁਨਿਆਦ ਆ ਅਤੇ ਸਰਾਸਰ ਗਲਤ ਹੈ, ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੈਗਾ। ਬਿਲਕੁਲ, ਜਿਸ ਤਰੀਕੇ ਨਾਲ ਤੁਸੀਂ ਦਲਜੀਤ ਨੂੰ ਵੀ ਸੁਣਿਆ ਅਤੇ ਉਸ ਤੋਂ ਪਹਿਲਾਂ ਗੁਰਜੇ ਚਿੱਤਰਕਰ ਹੋਣਾ ਨੇ ਵੀ ਗੱਲ ਕੀਤੀ ਆ ਕਿ ਜਿਹੜੀ ਸਿੱਖ ਸੰਗਤ ਚਾਹੇ ਉਹ ਵਿਦੇਸ਼ਾਂ ਤੋਂ ਸਿੱਧੀ ਪਾਕਿਸਤਾਨ ਆਉਂਦੀ ਆ ਚਾਹੇ ਇੱਧਰੋਂ ਇੰਡੀਆ ਦੇ ਥਰੂ ਪਾਕਿਸਤਾਨ 'ਚ ਜਾਂਦੀ ਆ, ਉਹ ਕੁਝ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਪਿੰਡਾਂ ਤੱਕ ਲੈ ਕੇ ਜਾਂਦੇ ਨੇ, ਕਈਆਂ ਨੇ ਆਪਦੀਆਂ ਟਰੈਵਲ ਏਜੰਸੀਆਂ ਬਣਾਈਆਂ ਹੋਈਆਂ ਅਤੇ ਉਹਨਾਂ ਦਾ ਕੰਮ ਹੀ ਪੇਸ਼ਾ ਵੀ ਹੋ ਸਕਦਾ ਅਤੇ ਉਹਨਾਂ ਦੇ ਇੱਕ ਪੈਕੇਜ ਹੋ ਸਕਦਾ ਕਿ ਆਹ ਪੈਕੇਜ ਲੈ ਲਓ ਤੁਹਾਨੂੰ ਇਹਨਾਂ ਇਹਨਾਂ ਥਾਵਾਂ 'ਤੇ ਲੈ ਕੇ ਜਾਵਾਂਗੇ। ਹਾਂ, ਜੇ ਉਹ ਕੋਈ ਜ਼ਿਆਦਾ ਪੈਸਾ ਲੈਂਦੇ ਜਾਂ ਲੁੱਟਣ ਦੀ ਨੀਅਤ ਨਾਲ ਕੰਮ ਕਰਦੇ ਆ ਤਾਂ ਉਹ ਲੋਕ ਵੀ ਗਲਤ ਆ, ਪਰ ਜੇ ਕੋਈ ਦਿਲੋਂ ਕੰਮ ਕਰਦਾ ਹੈ ਤਾਂ ਜਿੰਨੀ ਕੁ ਲਾਗਤ ਆ ਉਹਦੇ ਹਿਸਾਬ ਦੇ ਵਿੱਚ ਆਪਦਾ ਛੋਟਾ ਜਿਹਾ ਮੁਨਾਫਾ ਕਮਾ ਕੇ ਕੰਮ ਕਰਦਾ ਤਾਂ ਮੈਨੂੰ ਲੱਗਦਾ ਕਿ ਉਹਦੀ ਏਜੰਸੀ ਆ, ਉਹਨੇ ਵੀ ਆਪਦਾ ਪੇਟ ਪਾਲਣਾ, ਬੱਚੇ ਪਾਲਣੇ ਆ, ਉਹਨੂੰ ਕਰਨਾ ਚਾਹੀਦਾ। ਸੋ ਸਾਡੀ ਸਿੱਖ ਸੰਗਤ ਜਿਹੜੀ ਉੱਧਰ ਵਿਦੇਸ਼ਾਂ ਦੇ ਵਿੱਚ ਵੀ ਬੈਠੀ ਆ ਜਾਂ ਲਹਿੰਦੇ ਚੜ੍ਹਦੇ ਪੰਜਾਬ 'ਚ ਬੈਠੀ, ਉਹਨੂੰ ਇਹੀ ਬੇਨਤੀ ਆ ਕਿ ਪਿਆਰ ਜਿਹੜਾ ਉਹਨੂੰ ਵਧਣ ਦੇਣਾ ਚਾਹੀਦਾ। ਨਫ਼ਰਤ ਤਾਂ ਪਹਿਲਾਂ ਹੀ ਬੜੀ ਦੇਖ ਲਈ, 1947 ਦੀ ਵੰਡ ਤੋਂ ਬਾਅਦ ਕਿੰਨੀਆਂ ਜੰਗਾਂ ਵੇਖ ਲਈਆਂ ਅਸੀਂ, ਕਿੰਨੀ ਨਫ਼ਰਤ ਵੇਖ ਲਈ ਆ, ਅਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਇਸ ਨਫ਼ਰਤ ਨੂੰ ਘਟਾਓ। ਸਾਨੂੰ ਹੋਰ ਕੋਈ ਮਕਸਦ ਨਹੀਂ ਆ, ਭਾਰਤ ਅਤੇ ਪਾਕਿਸਤਾਨ ਦੇ ਵਿੱਚ ਅਸੀਂ ਇੱਧਰ ਖੁਸ਼ ਹਾਂ, ਅਸੀਂ ਇੱਧਰ ਖੁਸ਼ ਹਾਂ, ਅਸੀਂ ਪਾਕਿਸਤਾਨ ਨਾਲੋਂ ਕਈ ਦੂਣੇ ਚੌਣੇ ਕਈ ਗੁਣਾ ਉੱਤੇ ਹਾਂ, ਅਸੀਂ ਪਾਕਿਸਤਾਨ ਨਾਲੋਂ ਤਰੱਕੀ ਕੀਤੀ ਆ, ਜੇ ਉਹ ਮੁਲਕ ਅੱਡ ਹੋਇਆ ਤਾਂ ਅੱਜ ਉਹ ਤਾਂ ਹੀ ਡਾਊਨ ਆ। ਸੋ ਇਸ ਕਰਕੇ ਜਿਹੜਾ ਜੇ ਪਿਆਰ ਵੰਡੀਦਾ ਹੈ ਤਾਂ ਪਿਆਰ ਵੰਡਿਆ ਜਾਣਾ ਚਾਹੀਦਾ। ਸੋ ਥੈਂਕ ਯੂ, ਤੁਸੀਂ ਸਾਨੂੰ ਦੇਖਿਆ ਅਤੇ ਇਸ ਤਰ੍ਹਾਂ ਹੀ ਕਮੈਂਟ, ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਰਿਹਾ ਕਰੋ। ਦੇਖੋ ਜੀ, ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਭਾਈਚਾਰਾ ਖਤਮ ਕਰਨ ਵਾਸਤੇ ਕੰਜ ਕੰਜ ਦੇ ਪ੍ਰੋਪੋਗੰਡੇ ਕੀਤੇ ਜਾ ਰਹੇ ਨੇ, ਕੰਜ ਕੰਜ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਲਹਿੰਦੇ ਪੰਜਾਬ ਦੇ ਲੋਕ ਠੱਗ ਨੇ, ਭੁੱਖੇ ਨੇ, ਜਿਹੜੇ ਚੜ੍ਹਦੇ ਪੰਜਾਬ ਵੱਲੋਂ ਲੋਕ ਆਉਂਦੇ ਨੇ ਉਹਨਾਂ ਨੂੰ ਠੱਗੀਆਂ ਮਾਰਦੇ ਨੇ, ਉਹਨਾਂ ਦਾ ਹੱਕ ਖਾਂਦੇ ਨੇ। ਯਾਰ ਬਹੁਤ ਹੀ ਗਲਤ ਗੱਲ ਹੈ। ਲਹਿੰਦੇ ਪੰਜਾਬ ਦੇ ਲੋਕ ਬੜਾ ਹੀ ਪਿਆਰ ਕਰਦੇ ਨੇ, ਬੜੀ ਹੀ ਮੁਹੱਬਤ ਕਰਦੇ ਨੇ। ਜਿੰਨੇ ਵੀ ਮੇਰੇ ਸਿੱਖ ਵੀਰ ਲਹਿੰਦੇ ਪੰਜਾਬ ਦੇ ਵਿੱਚ ਆਏ ਨੇ, ਇੱਕ ਨੇ ਵੀ ਇਹ ਜਾ ਕੇ ਨਹੀਂ ਕਿਹਾ ਕਿ ਲਹਿੰਦੇ ਪੰਜਾਬ ਦੇ ਲੋਕਾਂ ਨੇ ਸਾਨੂੰ ਠੱਗੀ ਮਾਰੀ ਹੈ, ਸਾਨੂੰ ਠੱਗਿਆ ਹੈ, ਉੱਧਰ ਦੇ ਲੋਕ ਭੁੱਖੇ ਨੇ। ਜਿਹੜਾ ਵੀ ਗਿਆ ਉਹਨੇ ਜਾ ਕੇ ਉੱਥੇ ਇਹੀ ਗੱਲ ਆਖੀ ਕਿ ਲਹਿੰਦੇ ਪੰਜਾਬ ਦੇ ਵਿੱਚੋਂ ਸਾਨੂੰ ਬੜਾ ਪਿਆਰ ਮਿਲਿਆ, ਬੜੀ ਮੁਹੱਬਤ ਮਿਲੀ, ਤੇ ਸਾਨੂੰ ਇੰਝ ਲੱਗਿਆ ਕਿ ਅਸੀਂ ਆਪਣੇ ਘਰ ਦੇ ਵਿੱਚ ਹੀ ਹਾਂ। ਉੱਥੋਂ ਦੇ ਲੋਕਾਂ ਨੇ ਸਾਨੂੰ ਤਲੀਆਂ ਦੇ ਉੱਤੇ ਚੁੱਕਿਆ ਹੋਇਆ ਸੀ, ਜਿੱਥੇ ਅਸੀਂ ਪੈਰ ਰੱਖਦੇ ਸੀ ਉੱਥੇ ਸਾਡੇ ਪੈਰਾਂ ਦੇ ਥੱਲੇ ਹੱਥ ਰੱਖਦੇ ਸੀ, ਰੈੱਡ ਕਾਰਪੇਟ ਜਿਹੜੇ ਆ ਉਹ ਸਾਡੇ ਪੈਰਾਂ ਦੇ ਥੱਲੇ ਵਿਛਾਏ ਗਏ ਸੀ, ਜਿਸ ਤਰ੍ਹਾਂ ਬਾਦਸ਼ਾਹਾਂ ਦੇ ਪੈਰਾਂ ਦੇ ਵਿੱਚ ਰੈੱਡ ਕਾਰਪੇਟ ਵਿਛਾਏ ਜਾਂਦੇ ਨੇ। ਦੇਖੋ ਜੀ, ਇੰਝ ਦਾ ਪਿਆਰ ਹੈ, ਇੰਝ ਦੀ ਮੁਹੱਬਤ ਹੈ, ਲੇਕਿਨ ਕੁਛ ਲੋਕ ਇੱਥੇ ਵੀ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇੱਥੇ ਵੀ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉੱਧਰ ਦੇ ਲੋਕ ਭੁੱਖੇ ਨੇ, ਉੱਧਰ ਦੇ ਲੋਕ ਠੱਗ ਨੇ।
ਵੀਰ ਜੀ ਅਗਰ ਕਿਸੇ ਨੇ ਇੱਧਰ ਠੱਗੀ ਮਾਰੀ ਹੈ, ਤੁਹਾਨੂੰ ਅਗਰ ਕੋਈ ਲਹਿੰਦੇ ਪੰਜਾਬ ਦੇ ਵਿੱਚ ਆਇਆ ਹੈ ਤੇ ਉਹਨੂੰ ਕੋਈ ਠੱਗੀ ਮਾਰੀ ਹੈ, ਉਹਨੂੰ ਕੋਈ ਭੁੱਖ ਦਿਖਾਈ ਗਈ ਹੈ, ਤੇ ਵੀਰੋ ਤੁਸੀਂ ਮੈਨੂੰ ਲਾਜ਼ਮੀ ਦੱਸੋ, ਆ ਵਟਸਐਪ ਨੰਬਰ ਆਉਂਦਿਆ, ਤੁਸੀਂ ਮੈਨੂੰ ਲਾਜ਼ਮੀ ਦੱਸੋ ਕਿ ਕਿੰਨੇ ਠੱਗੀ ਮਾਰੀ ਹੈ, ਕਿੰਨੇ ਤੁਹਾਡਾ ਹੱਕ ਮਾਰਿਆ, ਅਸੀਂ ਉਹਨੂੰ ਲਾਜ਼ਮੀ ਪੁੱਛਾਂਗੇ ਔਰ ਚੰਗੇ ਤਰੀਕੇ ਨਾਲ ਪੁੱਛਾਂਗੇ ਕਿ ਭਾਈ ਸਾਹਿਬ ਤੂੰ ਮਹਿਮਾਨਾਂ ਦੇ ਨਾਲ ਇੰਜ ਦਾ ਸਲੂਕ ਕਿਉਂ ਕੀਤਾ। ਬਾਕੀ ਗੁਰਚੇਤਰ ਕਾਰ ਜਿਹੜੇ ਭਾਈ ਜੀ ਹੈ ਉਹ ਪਿਛਲੇ ਦਿਨੋਂ ਲਹਿੰਦੇ ਪੰਜਾਬ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦੇਖੀਆਂ, ਉਹਨਾਂ ਨੂੰ ਤੇ ਕੁਝ ਵੀ ਐਵੇਂ ਦਾ ਨਜ਼ਰ ਨਹੀਂ ਆਇਆ। ਉਹ ਗਵਾਹੀ ਦੇ ਰਹੇ ਨੇ ਕਿ ਲਹਿੰਦੇ ਪੰਜਾਬ ਦੇ ਲੋਕ ਬਿਲਕੁਲ ਇੰਜ ਦੇ ਨਹੀਂ ਹੈ, ਇੱਧਰ ਦੇ ਲੋਕ ਬੜਾ ਪਿਆਰ ਕਰਨ ਵਾਲੇ ਨੇ, ਬੜੀ ਮੁਹੱਬਤ ਕਰਨ ਵਾਲੇ ਨੇ। ਦੇਖੋ ਜੀ ਮੈਂ ਓਰਿਜਿਨਲੀ ਜੈਨੂਇਨ ਗੱਲ ਦੱਸਾਂ ਕਿ ਇੱਧਰ ਦੇ ਲੋਕ ਵਾਕਿਆ ਹੀ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੇ ਨਾਲ ਬੜਾ ਹੀ ਪਿਆਰ ਕਰਦੇ ਨੇ, ਬੜੀ ਮੁਹੱਬਤ ਕਰਦੇ ਨੇ, ਔਰ ਜਿਹੜੇ ਲੋਕ ਇੰਜ ਦੀਆਂ ਗੱਲਾਂ ਫੈਲਾ ਰਹੇ ਨੇ ਉਹ ਬਿਲਕੁਲ ਗਲਤ ਹੈ। ਇੱਧਰ ਦੇ ਲੋਕ ਬਿਲਕੁਲ ਇੰਜ ਦਾ ਕੋਈ ਸਲੂਕ ਨਹੀਂ ਕਰਦੇ, ਕੋਈ ਭੁੱਖ ਨਹੀਂ ਮਖਾਉਂਦੇ, ਕੋਈ ਕਿਸੇ ਨੂੰ ਲੁੱਟਦੇ ਨਹੀਂ ਹੈ, ਸਿਰਫ ਪਿਆਰ ਮੁਹੱਬਤ ਲੈਂਦੇ ਨੇ ਤੇ ਵੰਡਦੇ ਨੇ। ਔਰ ਲੋਕ ਜਿਹੜੇ ਚੜ੍ਹਦੇ ਪੰਜਾਬ ਨੂੰ ਇੱਧਰ ਆਉਂਦੇ ਨੇ ਉਹਨਾਂ ਨੂੰ ਭਰ ਭਰ ਕੇ ਬੂਚਕੀਆਂ ਪਿਆਰ ਦੀਆਂ ਮੁਹੱਬਤ ਦੀਆਂ ਦੇ ਕੇ ਭੇਜਦੇ ਨੇ, ਇੱਕ ਸੁਨੇਹਾ ਭੇਜਦੇ ਨੇ। ਸੁਨੇਹਾ ਇਹ ਹੁੰਦਾ ਹੈ ਕਿ ਪੰਜਾਬੀ ਅੱਜ ਵੀ ਇਕੱਠੇ ਨੇ, ਪੰਜਾਬੀ ਅੱਜ ਵੀ ਇਸ ਤਰ੍ਹਾਂ ਨੇ, ਪੰਜਾਬੀਆਂ ਦੇ ਵਿੱਚ ਅੱਜ ਵੀ ਕੋਈ ਫੂਟ ਨਹੀਂ ਹੈ। ਇਹ ਪੈਗਾਮ ਭੇਜਦੇ ਨੇ ਕਿ ਇਹ ਜਿਹੜੀ ਸਾਡੇ ਦਰਮਿਆਨ ਦੇ ਵਿੱਚ ਇੱਕ ਲਾਈਨ ਖਿੱਚੀ ਗਈ ਹੈ, ਇੱਕ ਆਰਜ਼ੀ ਲਾਈਨ ਹੈ, ਇਹਦੀ ਕੋਈ ਬੁੱਕਤ ਹੀ ਨਹੀਂ ਹੈ, ਇਹ ਲਾਈਨ ਜਿਹੜੀ ਹੈ ਇਹ ਸਾਡੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀ, ਅਸੀਂ ਤੁਹਾਡੇ ਨਾਲ ਇੰਨਾ ਪਿਆਰ ਕਰਦੇ ਨੇ, ਇੰਨੀ ਮੁਹੱਬਤ ਕਰਦੇ ਹਾਂ। ਤੇ ਫਿਰ ਵੀ ਉਹਦਾ ਕੁਝ ਲੋਕ ਕਹਿਣਗੇ ਯਾਰ ਇੱਧਰ ਦੇ ਲੋਕ ਭੁੱਖੇ ਨੇ, ਠੱਗ ਨੇ, ਬੜੇ ਅਫਸੋਸ ਦੀ ਗੱਲ ਹੈ। ਲੇਕਿਨ ਮੈਨੂੰ ਇਹ ਬਹੁਤ ਵਧੀਆ ਗੱਲ ਲੱਗੀ ਹੈ ਕਿ ਅਗਰ ਕੁਝ ਲੋਕਾਂ ਨੇ ਇਹ ਆਵਾਜ਼ ਬੁਲੰਦ ਕੀਤੀ ਹੈ ਕਿ ਲਹਿੰਦੇ ਪੰਜਾਬ ਦੇ ਲੋਕ ਭੁੱਖੇ ਠੱਗ ਨੇ ਤੇ ਚੜ੍ਹਦੇ ਪੰਜਾਬ ਵਾਲਿਆਂ ਨੇ ਉਹਦੇ ਖਿਲਾਫ ਐਕਸ਼ਨ ਲਿਆ ਹੈ। ਇਹ ਮੈਂ ਦੂਸਰੀ ਤੀਸਰੀ ਵੀਡੀਓ ਦੇਖ ਚੁੱਕਿਆ ਜਿਹਦੇ ਵਿੱਚ ਸਿੱਖਾਂ ਸਰਦਾਰਾਂ ਨੇ ਇਸ ਗੱਲ ਦਾ ਐਕਸ਼ਨ ਲਿਆ, ਜਿਹੜੇ ਸਿੱਖ ਸਰਦਾਰ ਲਹਿੰਦੇ ਪੰਜਾਬ ਦੇ ਵਿੱਚ ਆਏ ਨੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਹੈ ਕਿ ਲਹਿੰਦੇ ਪੰਜਾਬ ਦੇ ਲੋਕ ਬਿਲਕੁਲ ਇੰਜ ਦੇ ਨਹੀਂ ਹੈ, ਉੱਧਰ ਦੇ ਲੋਕ ਪਿਆਰ ਕਰਨ ਵਾਲੇ ਨੇ, ਮੁਹੱਬਤ ਕਰਨ ਵਾਲੇ ਨੇ। ਤੇ ਵੀਰੋ ਜਿਨ੍ਹਾਂ ਦੇ ਦਿਲ ਦੇ ਵਿੱਚ ਡਰ ਹੈ ਕਿ ਲਹਿੰਦੇ ਪੰਜਾਬ ਦੇ ਲੋਕ ਭੁੱਖੇ ਨੇ, ਠੱਗ ਨੇ, ਉਹ ਇੱਕ ਦਫਾ ਸਿਰਫ ਲਹਿੰਦੇ ਪੰਜਾਬ ਦੇ ਵਿੱਚ ਆ ਕੇ ਤੇ ਵੇਖਣ, ਉਹਨਾਂ ਨੂੰ ਇੱਥੇ ਪਿਆਰ ਮਿਲੇਗਾ, ਮੁਹੱਬਤ ਮਿਲੇਗੀ। ਦੇਖੋ ਜੀ ਜਦੋਂ ਚੜ੍ਹਦੇ ਪੰਜਾਬ ਵੱਲੋਂ ਕੋਈ ਲਹਿੰਦੇ ਪੰਜਾਬ ਦੇ ਵਿੱਚ ਆਉਂਦਾ ਹੈ ਤੇ ਇੰਝ ਲੱਗਦਾ ਕੋਈ ਸੈਲੀਬ੍ਰਿਟੀ ਆ ਗਈ ਹੈ, ਲੋਕ ਉਹਦੇ ਨਾਲ ਤਸਵੀਰਾਂ ਖਿਚਾਉਂਦੇ ਨੇ, ਆਪਣੇ ਘਰ ਲੈ ਕੇ ਜਾਂਦੇ ਨੇ, ਮੈਂ ਹਜ਼ਾਰਾਂ ਦਫਾ ਦੱਸ ਚੁੱਕਿਆ। ਬਾਕੀ ਵੀਡੀਓ ਦੇਖ ਕੇ ਕੁਛ ਦੁੱਖ ਵੀ ਹੋਇਆ ਕਿ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਠੱਗ ਕਿਹਾ ਜਾ ਰਿਹਾ, ਭੁੱਖੇ ਕਿਹਾ ਜਾ ਰਿਹਾ, ਲੇਕਿਨ ਇੱਕ ਗੱਲ ਦੀ ਖੁਸ਼ੀ ਵੀ ਹੈ ਕਿ ਜਦੋਂ ਲਹਿੰਦੇ ਪੰਜਾਬ ਵਾਲਿਆਂ ਨੂੰ ਠੱਗ ਕਿਹਾ ਗਿਆ ਤੇ ਬਹੁਤ ਸਾਰੇ ਲੋਕਾਂ ਨੇ ਆਵਾਜ਼ ਉਠਾਈ ਕਿ ਨਹੀਂ 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 ਭਾਈ ਸਾਹਿਬ ਇਹ ਗਲਤ ਹੈ, ਇਹ ਗਲਤ ਗੱਲ ਕੀਤੀ ਜਾ ਰਹੀ ਹੈ। ਬਾਕੀ ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਵੀਰਾਂ ਨੂੰ ਦੱਸ ਦਿੱਤਾ ਹੈ, ਜੋ ਵੀਰਾਂ ਨੂੰ ਲੱਗਦਾ ਹੈ ਉਹ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣ। ਤੇ ਇਸ ਮੇਰੀ ਅੱਜ ਦੀ ਵੀਡੀਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।